ਇਹਦੇ ਨਾਲ ਅਟੈਚ ਕਰ ਗਈ ਕੁੜੀ ਲੋਹੇ ਦੀ ਸੀਗੀ ਕਿੰਨੇ ਦਿਨ ਦੀ ਲੈ ਕੇ ਜਾ ਰਹੇ ਸੀ ਚਾਰ ਦਿਨ ਤੇ ਕੋਈ ਕਦੇ ਦੀ ਲੈ ਕੇ ਜਾ ਰਹੇ ਕੁੜੀ ਤੇ ਸੇਲਸ ਮੈਚ ਕੀ ਨਾਮ ਕੀ ਤੁਹਾਡਾ ਘੋੜੀ ਲੋਹੇ ਦੀ ਸੀਗੀ ਕਿੰਨੇ ਜਣੇ ਤੁਸੀਂ ਲੈ ਕੇ ਜਾ ਰਹੇ ਸੀ ਉਹਨੂੰ ਚਾਰ ਜਣੇ ਤੇ ਕੋਈ ਕਾਹਦੇ ਲਈ ਲੈ ਕੇ ਜਾ ਰਹੇ ਸੀ ਘੋੜੀ ਨੂੰ ਵੈਸੇ ਕੋਈ ਕੰਮ ਕਰ ਰਹੇ ਸੀ ਬਹੁਤ ਸਫਾਈ ਸਫੂਈ ਚੱਲ ਰਹੀ ਸੀ ਨਾ ਦੋ ਤਿੰਨ ਮਹੀਨੇ ਪਹਿਲਾਂ ਦਿਵਾਲੀ ਕਰ ਠੀਕ ਹੈ ਪੂਰਾ ਕੰਮ ਬੰਦਾ ਆਪ ਕਰ ਹੀ ਲੈਂਦਾ ਹਾਂਜੀ ਹਾਂਜੀ ਦੂਜੇ ਨੇ ਆਵਾਜ਼ ਮਾਰੀ ਕਹਿੰਦਾ ਆਕਾਸ਼ ਚੱਕੀ ਮੈਂ ਚੱਕਣ ਲੱਗਾ ਤੇ ਨਾਲ ਹੀ ਸੀ ਚਾਰ ਜਣੇ ਸੀ ਵਜਨ ਜ਼ਿਆਦਾ ਸੀ ਘੋੜੀ ਦਾ ਤੇ ਜਦੋਂ ਘੋੜੀ ਦਾ ਵਜਨ ਚੱਕਿਆ ਤੇ ਉਦੋਂ ਬਸ ਉਹ ਨਾਲ ਅਟੈਚ ਉਪਰੋਂ ਕਰ ਗਈ ਚਾਰੋਂ ਨੂੰ ਇੱਕੋ ਝਟਕਾ ਲੱਗਿਆ ਉੱਪਰੋਂ ਤਾਰਨ ਲੱਗ ਗਈ ਉੱਪਰ ਬਾਈ ਸਾਡਾ ਚਲਾ ਗਿਆ ਬਸ ਤੇ ਤੁਸੀਂ ਕਿੰਨੇ ਟਾਈਮ ਤੋਂ ਉੱਥੇ ਕਰ ਰਹੇ ਹੋ ਨੌਕਰੀ ਚਾਰ ਕੁ ਮਹੀਨੇ ਹੋਏ ਆ ਤੁਸੀਂ ਕਾਹਦੀ ਉੱਥੇ ਨੌਕਰੀ ਕਰ ਰਹੇ ਹੋ ਕਾਹਦੀ ਮਤਲਬ ਜੋਬ ਸੀ ਤੁਹਾਡੀ ਉੱਥੇ ਕੰਮ ਕਿਹੜਾ ਉੱਥੇ ਕਰਦੇ ਤੁਸੀਂ ਪੰਪ ਦੇ ਸੇਲਸਮੈਨ ਸੀਗੇ ਤੁਸੀਂ ਕੀ ਨਾਮ ਕੀ ਤੁਹਾਡਾ ਆਕਾਸ਼ ਇਹ ਐਡਰੈਸ ਕੀ ਹੈ ਤੁਹਾਡਾ ਕਿੰਨੇ ਜਣੇ ਸੀਗੇ ਤੁਸੀਂ ਚਾਰ ਅਤੇ ਪੌੜੀ ਅਤੇ ਕੌਣ ਚੜਿਆ ਸੀ ਕੋਈ ਵੀ ਨਹੀਂ ਸੀ ਸਾਰੇ ਨਹੀਂ ਪੌੜੀ ਕਿੰਨੀ ਕੁ ਲੰਬੀ ਸੀਗੀ ਕਾਫੀ ਲੰਬੀ ਮਤਲਬ ਖਿੱਚ ਕੇ ਲੈ ਕੇ ਜਾ ਰਹੇ ਸੀ ਉਹਨੂੰ ਤੁਸੀਂ ਅਤੇ ਨਹੀਂ ਮਤਲਬ ਕੰਮ ਕਰਨ ਲੱਗੇ ਸੀ ਉਹ ਪੌੜੀ ਲਿਜਾਣ ਲਈ ਕਾਹਦੇ ਲਈ ਚੱਲੇ ਪਾਰਕ 'ਚ ਪੌੜੀ ਰੱਖਣੀ ਸੀ ਠੀਕ ਕਰਨਾ ਖੰਭਾ ਜਾਂ ਖੰਭਾ ਉੱਥੇ ਧਿਆਨ ਨਹੀਂ ਗਿਆ ਕੁਛ ਨਹੀਂ ਇਹ ਬਿਜਲੀ ਵਾਲਾ ਖੰਭਾ ਕੋਈ ਠੀਕ ਕਰਨਾ ਜਾਂ ਪੰਪ ਦਾ ਕੋਈ ਆਪਦਾ ਖੰਭਾ ਠੀਕ ਕਰਨਾ ਨਹੀਂ ਵੈਸੇ ਬਿਜਲੀ ਵਾਲਾ ਸੀਗਾ ਸਾਡਾ ਹੀ ਸੀਗਾ ਅੱਛਾ ਆਪਦਾ ਬਿਜਲੀ ਅਤੇ ਉਹ ਪੌੜੀ ਉੱਤੇ ਲੱਗ ਗਈ ਤਾਰਾਂ ਨਾਲ ਅੱਛਾ ਅਤੇ ਤੁਹਾਡੇ ਹੱਥ 'ਤੇ ਲੱਗੀ ਹਾਂ ਅਤੇ ਪੈਰ 'ਤੇ ਪੈਰਾਂ 'ਤੇ ਠੀਕ ਹੈ ਤੇ ਇਹ ਪੌੜੀ ਲਿਜਾਣ ਲਈ ਤੁਸੀਂ ਆਪ ਹੀ ਲੈ ਕੇ ਜਾ ਰਹੇ ਜਾਂ ਕਿਸੇ ਨੇ ਕਿਹਾ ਸੀ ਲਿਜਾਣ ਨੂੰ ਨਹੀਂ ਕਿਸੇ ਨੇ ਨਹੀਂ ਕਿਹਾ ਸੀਗਾ ਪਹਿਲਾਂ ਛੋਟੀ ਪੌੜੀ ਸੀ ਕਿ ਚਲ ਵੱਡੀ ਲਾ ਕੇ ਵੇਖ ਲੈਂਦੇ ਤੇ ਕਿੰਨੇ ਟਾਈਮ ਤੋਂ ਤੁਸੀਂ ਉੱਥੇ ਕੰਮ ਕਰਦੇ ਜੀ ਤੁਸੀਂ ਉੱਥੇ ਤੇਲ ਪਾਉਣ ਦਾ ਜਾਂ ਕੋਈ ਉੱਥੇ ਹੋਰ ਸਰਵਿਸ ਦੇ ਰਹੇ ਤੇਲ ਪਾਉਣ ਦਾ ਹੀ ਕੰਮ ਕਰਦਾ ਸਾਰੇ ਕੰਮ ਹੀ ਕਰਦੇ ਸਾਰੇ ਕੰਮ ਕਰਦੇ ਕਰਤਪਾਲ ਜੀ ਜਿਹੜੇ ਮੁੰਡੇ ਦੀ ਡੈਥ ਹੋਈ ਉਹ ਤੁਹਾਡੇ ਕੀ ਲੱਗਦਾ ਭਰਾ ਹੈ ਜੀ ਕਿਵੇਂ ਡੈਥ ਹੋਈ ਲਾਈਟ ਲਾ ਕੇ ਬਿਜਲੀ ਨਾਲ ਦਾ ਡਰਾਈਵਰ ਰੱਖਿਆ ਸੀ ਉਹਦਾ ਰੱਖਿਆ ਵਾ ਸੀਗਾ ਭਰਾਵਾ ਡਰਾਈਵਰ ਰੱਖਿਆ ਸੀ ਕਿੱਥੇ ਕਰ ਰਹੇ ਜੀ ਇੱਥੇ ਹਰਿਆਲੀ ਪੰਪ ਤੇ ਜੀ ਹੋਰ ਕਿੰਨੇ ਜਾਣੇ ਸੀ ਜੀ ਹੋਰ ਕਿੰਨੇ ਹੈ ਦੋ ਤਿੰਨ ਜਾਣੇ ਨਾਲ ਦੱਸਦੇ ਆ ਜੀ ਦੋ ਤਿੰਨ ਜਾਣੇ ਮੇਰਾ ਨਾਮ ਰਵਿੰਦਰ ਸਿੰਘ ਮੈਂ ਸਰਪੰਚ ਪਿੰਡ ਤੋਂ ਜਗਮੀਤ ਸਿੰਘ ਆ ਜੀ ਕਿੱਥੇ ਜੋਬ ਕਰਦੇ ਇਹ ਹਰਿਆਲੀ ਵਾਲੇ ਪੰਪ 'ਤੇ ਡਰਾਈਵਰੀ ਦੀ ਜੋਬ ਕਰਦਾ ਸੀ ਕਿਵੇਂ ਡੈਥ ਕਿਵੇਂ ਇਹ ਬਿਜਲੀ ਦੇ ਨਾਲ ਲੱਗਿਆ ਜੀ ਬਿਜਲੀ ਦਾ ਵੈਸੇ ਕੰਮ ਤਾਂ ਇਹਨੂੰ ਆਉਂਦਾ ਵੀ ਨਹੀਂ ਸੀ ਅਨਨੋਨ ਹੈਗਾ ਸੀਗਾ ਗਲਤੀ ਪੰਪ ਵਾਲਿਆਂ ਦੀ ਵੀ ਆ ਵੀ ਇਹਨੂੰ ਬਿਜਲੀ ਦੇ ਕੰਮ 'ਤੇ ਲਾਉਣਾ ਹੀ ਨਹੀਂ ਚਾਹੀਦਾ ਸੀਗਾ ਅਤੇ ਉਹਦੇ ਜਿਹੜੀ ਤਾਂ ਕਿਤੇ ਘੋੜੀ ਬਿਜਲੀ ਦੇ ਨਾਲ ਲੱਗ ਗਈ ਕਿੰਨੇ ਜਾਣੇ ਸੀਗੇ ਚਾਰ ਜਣੇ ਸੀਗੇ ਅਤੇ ਦੂਜਿਆਂ ਦਾ ਪਤਾ ਨਹੀਂ ਗਾ ਜੀ ਸਾਡੇ ਜਗਮੀਤ ਸਿੰਘ ਦੀ ਮੌਤ ਹੋ ਗਈ ਆ ਪਤਾ ਲੱਗ ਪਰਿਵਾਰ ਦੇ ਵਿੱਚ ਕੌਣ ਕੌਣ ਦੋ ਇਹਦੇ ਛੋਟੇ ਮੁੰਡੇ ਆ ਜੀ ਅਤੇ ਇਹਦਾ ਜਿਹੜਾ ਵੱਡਾ ਭਰਾ ਸੀ ਉਹਦੀ ਵੀ ਰੀੜ ਦੀ ਹੱਡੀ ਉਹ ਵੀ ਅੱਗੇ ਬਿਜਲੀ ਦੇ ਵਿੱਚ ਹੀ ਲੱਗਾ ਸੀ ਅਤੇ
ਇੱਕ ਉਹਦੇ ਇੱਕ ਗੁੜੀਆ ਹੀ ਆ, ਹੋਰ ਪਰਿਵਾਰ ਦੇ ਵਿੱਚ ਕੋਈ ਕਮਾਈ ਵਾਲਾ ਮਾਂ ਪਿਓ ਦੀ ਇਹਨਾਂ ਦੀ ਪਹਿਲਾਂ ਮੌਤ ਹੋ ਗਈ ਅਤੇ ਪਰਿਵਾਰ ਵੀ ਗਰੀਬ ਹੀ ਆ। ਅਤੇ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਜਿਹੜੀ ਵੀ ਇਹਨਾਂ ਦੇ ਜੋ ਵੀ ਬਣਦੀ ਕਾਰਵਾਈ ਹੈ ਸਖ਼ਤ ਸਖ਼ਤ ਉਹ ਜਿਹੜੀ ਇਹਨਾਂ ਪੰਪ ਵਾਲਿਆਂ ਦੇ ਖਿਲਾਫ਼ ਵੀ ਕੀਤੀ ਜਾਵੇ, ਜਿਨ੍ਹਾਂ ਨੇ ਜਦੋਂ ਇਹਨਾਂ ਦਾ ਕੰਮ ਨਹੀਂ ਬਣਦਾ ਸੀਗਾ ਤਾਂ ਇਹਨਾਂ ਨੂੰ ਲਾਇਆ ਕਾਹਤੋਂ ਬਿਜਲੀ ਦੇ ਕੰਮ 'ਤੇ, ਵੀ ਇਹ ਜਦੋਂ 4 ਸਾਲ ਤੋਂ ਡਰਾਈਵਰੀ ਕਰਦਾ ਸੀਗਾ ਅਤੇ ਇਹਨੂੰ ਇਹ ਡਰਾਈਵਰੀ ਦਾ ਹੀ ਕੰਮ ਲੈਣਾ ਚਾਹੀਦਾ, ਜਦੋਂ ਅਨਨੋਨ ਹੈਗਾ ਸੀ ਬਿਜਲੀ ਦਾ ਕੰਮ ਇਹਨੇ ਕਦੇ ਕੀਤਾ ਨਹੀਂ ਸੀ, ਇਹਨੂੰ ਬਿਜਲੀ ਦੇ ਕੰਮ 'ਤੇ ਲਾਉਣਾ ਹੀ ਨਹੀਂ ਚਾਹੀਦਾ ਸੀਗਾ। ਅਤੇ ਉਹਨਾਂ ਦੇ ਖਿਲਾਫ਼ ਜੋ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਅਤੇ ਦੂਜੀ ਗੱਲ ਇਹ ਆ ਵੀ ਜਿਹੜਾ ਜਿਹੜੀ ਵੀ ਕੋਈ ਇਹਨਾਂ ਦੀ ਮਦਦ ਪਰਿਵਾਰ ਦੀ, ਪ੍ਰਸ਼ਾਸਨ ਨੂੰ ਵੀ ਬੇਨਤੀ ਆ, ਸਰਕਾਰ ਨੂੰ ਵੀ ਬੇਨਤੀ ਵੀ ਜਿਹੜੀ ਵੀ ਇਹਨਾਂ ਦੇ ਪਰਿਵਾਰ ਦੀ ਜਿਹੜੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਮਾਲਕ ਦਾ ਜਿਹੜਾ ਵਿਹਾਰ ਹੈ ਉਹ ਕਿਵੇਂ ਦਾ ਗੱਲ ਕਰ ਰਿਹਾ ਕਿ ਨਹੀਂ? ਉਹ ਸਾਰੇ ਇੱਥੇ ਮਾਲਕ ਤਾਂ ਨਹੀਂ ਉਹਨਾਂ ਦੇ, ਕੋਈ ਜਿਹੜੇ ਆਏ ਆ ਨਾਲ ਦੇ ਉਹ ਆਪ ਨਹੀਂ ਆਇਆ, ਮਾਲਕ ਨਹੀਂ ਕੋਈ ਉਹਨੇ ਮੇਰੇ ਤਾਂ ਜੀ ਨਾ ਮੈਨੂੰ ਪਤਾ ਲੱਗਿਆ ਕੌਣ ਆ ਮਾਲਕ, ਇੱਕ ਉਹਨਾਂ ਦਾ ਵਿਕਾਸ ਹੈਗਾ ਕੋਈ ਮੈਨੇਜਰ ਜਾਂ ਕੋਈ, ਉਹ ਮਿਲਿਆ ਮੈਨੂੰ ਇੱਥੇ ਹੋਸਪਿਟਲ ਦੇ ਵਿੱਚ। ਕੋਈ ਗੱਲਬਾਤ ਨਾ ਉਹਨਾਂ ਨੇ ਕੋਈ, ਨਾ ਪਰਿਵਾਰ ਤੱਕ, ਨਾ ਮੈਂ ਸਰਪੰਚ ਹਾਂ, ਮੇਰੇ ਤੱਕ ਵੀ ਕੋਈ ਅਜੇ ਤੱਕ ਮੈਨੂੰ ਆ ਕੇ ਨਹੀਂ ਮਿਲਿਆ। ਮੇਰਾ ਨਾਮ ਡਾਕਟਰ ਹਰਜਿੰਦਰ ਹੈ ਜੀ। ਸਰ ਇੱਕ ਮਾਮਲਾ ਆਇਆ ਜੋ ਮੋਗਾ ਰੋਡ ਹਰਿਆਲੀ ਪੰਪ ਸੇ, ਕਿਆ ਮਾਮਲਾ? ਉਹ 3 ਲੋਕ ਆਏ ਨੇ ਜੀ, ਅਚਾਨਕ ਬਿਜਲੀ ਲੱਗਣ ਨਾਲ ਉਹਨਾਂ ਦੇ ਦੁਰਘਟਨਾ ਹੋਈ ਹੈ। ਇੱਕ ਬੰਦਾ ਜਿਹਦਾ ਨਾਮ ਜਗਮੀਤ ਹੈ, ਉਹ ਤਾਂ ਮ੍ਰਿਤਕ ਹਾਲਤ ਵਿੱਚ ਲਿਆਂਦਾ ਗਿਆ, ਪੁਲਿਸ ਨੂੰ ਇਨਫੋਰਮੇਸ਼ਨ ਦੇ ਦਿੱਤੀ ਗਈ ਆ, ਉਹ ਲੈਣ ਆਉਣਗੇ ਅੱਗੋਂ, ਫਿਰ ਅੱਗੇ ਕਾਰਵਾਈ ਜਿਹੜੀ ਸਿਵਲ ਹੋਸਪਿਟਲ ਦੇ ਥਰੂ ਹੋਏਗੀ। 2 ਮਰੀਜ਼ ਹੋਰ ਨੇ ਜੀ, ਉਹਨਾਂ ਦੇ ਨਾਲ ਇੱਕ ਆਕਾਸ਼ ਹੈ ਅਤੇ ਇੱਕ ਕਿਸ਼ੋਰ ਹੈ, ਉਹ ਥੋੜ੍ਹੇ ਠੀਕ ਨੇ। ਇਹਨਾਂ ਵਿੱਚੋਂ ਜਿਹੜਾ ਆਕਾਸ਼ ਹੈ ਉਹਦੀ ਥੋੜ੍ਹੀ ਦਿਲ ਦੀ ਧੜਕਣ ਥੋੜ੍ਹੀ ਜਿਹੀ ਡਿਸਟਰਬ ਆਈ ਸੀ, ਉਹ ਅਸੀਂ ਇਲਾਜ ਕਰ ਰਹੇ ਹਾਂ। ਆਕਾਸ਼ ਨੂੰ ਵੀ ਅੰਡਰ ਓਬਜ਼ਰਵੇਸ਼ਨ ਰੱਖਿਆ ਹੋਇਆ, ਬਾਕੀ ਉਹਨਾਂ ਦੇ ਬਲੱਡ ਟੈਸਟ ਵਗੈਰਾ ਭੇਜੇ ਹੋਏ ਨੇ, ਕਾਰਡੀਅਕ ਕੰਸਲਟੈਂਟ ਵੀ ਵੇਖ ਰਹੇ ਨੇ, ਅਤੇ ਉਸ ਤੋਂ ਬਾਅਦ ਉਹਨਾਂ ਦੇ ਅਕੋਰਡਿੰਗਲੀ ਆਪਾਂ ਉਹਨੂੰ ਮੈਨੇਜ ਕਰਾਂਗੇ। ਉਹਨਾਂ ਦੀ ਹਾਲਤ ਥੋੜ੍ਹੀ ਜਿਹੀ ਠੀਕ ਲੱਗ ਰਹੀ ਹੈ, ਸ਼ਾਇਦ ਖਤਰੇ ਤੋਂ ਬਾਹਰ ਆਪਾਂ ਥੋੜ੍ਹੇ ਟਾਈਮ ਬਾਅਦ ਉਹਨੂੰ ਡਿਕਲੇਅਰ ਕਰ ਪਾਵਾਂਗੇ। ਪਰ ਜਿਹੜਾ ਇਹ ਮਰੀਜ਼ ਹੈ ਜਿਹੜਾ ਬਲਵੀਰ ਸੀਗਾ, ਇਹ ਥੋੜ੍ਹਾ ਜਿਹਾ ਜਗਮੀਤ ਸੀਗਾ ਜਿਹੜਾ, ਇਹ ਥੋੜ੍ਹਾ ਮਤਲਬ ਮ੍ਰਿਤਕ ਹਾਲਤ 'ਚ ਆਇਆ ਸੀਗਾ, ਜਿਹਨੂੰ ਡਿਕਲੇਅਰ ਕੀਤਾ ਗਿਆ ਮੌਕੇ 'ਤੇ, ਅਤੇ ਅੱਗੋਂ ਹੁਣ ਸਿਵਲ ਹੋਸਪਿਟਲ ਅਸੀਂ ਉਹਨਾਂ ਨੂੰ ਭੇਜ ਰਹੇ ਹਾਂ ਤਾਂ ਕਿ ਅੱਗੇ ਦੀ ਕਾਰਵਾਈ ਅਤੇ ਪੋਸਟਮਾਰਟਮ ਵਗੈਰਾ ਹੋਰ ਹੋ ਸਕੇ। ਦੁਖੀ ਭੈਣ ਭਰਾਵਾਂ ਦੇ ਮਸੀਹਾ, ਪੰਜਾਬ ਦੇ ਮਸ਼ਹੂਰ ਜੋਤਿਸ਼, 50 ਸਾਲਾਂ ਦਾ ਮਹਾਨ ਤਜਰਬਾ, ਸਵਾਮੀ ਸ਼ੁਕਰਾਚਾਰੀਆ, ਮਾਂ ਕਾਲੀ ਉਪਾਸਕ, ਤਾਂਤਰਿਕ ਵਿਧੀ ਨਾਲ ਪਾਓ 100% ਗਾਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ, ਪਤੀ ਪਤਨੀ 'ਚ ਝਗੜਾ, ਪ੍ਰੇਮ ਵਿਆਹ 'ਚ ਰੁਕਾਵਟ, ਸੌਧਨ ਦੁਸ਼ਮਣ ਦਾ ਖਾਤਮਾ, ਵਿਦੇਸ਼ 'ਚ ਪੱਕਾ ਹੋਣਾ, ਕੀਤਾ ਕਿਰਾਇਆ, ਗੁਪਤ ਵਸ਼ੀਕਰਨ ਕਰਾਓ, ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਬਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ, ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਸੰਪਰਕ ਕਰੋ 98 729 0 14 31।